ਦੇਖੋ ਜੀ ਓਕੇ ਇਹ ਬੈਟਰੀ ਹੈ ਇਹ ਹੈਗੀ ਹੈ ਜੀ ਲੀਥੀਅਮ ਫਾਸਫੇਟ ਦੀ ਬੈਟਰੀ ਓਕੇ ਇਹਦਾ ਸਾਈਜ਼ ਵੀ ਥੋੜ੍ਹਾ ਵੱਡਾ ਜੀ ਇਹਦੇ 'ਚ ਸੈੱਲ ਹੁੰਦੇ ਆ ਇਹਦੇ 'ਚ ਬਲੂਟੂਥ ਕਨੈਕਟੀਵਿਟੀ ਨਾਲ ਆਉਂਦੀ ਹੈ ਜੀ ਇਸ ਬੈਟਰੀ ਦੇ ਵਿੱਚ ਉਹਦੇ ਨਾਲ ਕੀ ਆ ਤੁਹਾਡੀ ਬੈਟਰੀ ਚੱਲਦੀ ਹੈ 64 ਦੀ ਠੀਕ ਹੈ ਠੀਕ ਹੈ ਜੀ ਫੁੱਲ ਚਾਰਜ ਹੁੰਦੀ ਹੈ 67 'ਚ ਇਸ ਤੋਂ ਇਲਾਵਾ ਅਗਰ ਆਪਾਂ ਇਸ ਨੂੰ ਇਹਨੂੰ ਚਾਰਜ ਲਾਉਂਦੇ ਹਾਂ ਤੇ ਇਹਦੇ ਵਿੱਚ ਆਪਾਂ ਨੂੰ ਜਿਵੇਂ ਟਾਈਮ ਲਿਫਟ ਆ ਰਿਹਾ ਇਹਦੇ ਵਿੱਚ ਚਾਰਜਿੰਗ ਟਾਈਮ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਵਾਗਤ ਕਰਦਾ ਤੁਹਾਡਾ ਆਪਣੀ ਅੱਜ ਇਸ ਵੀਡੀਓ ਦੇ ਵਿੱਚ ਅੱਜ ਦੀ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਮੈਂ ਖੜਾ ਹਾਂਗਾ ਲੁਧਿਆਣਾ ਦੇ ਗਿੰਦ ਰੋਡ ਦੇ ਉੱਤੇ ਕਾਇਨਾਤ ਇੰਟਰਪ੍ਰਾਈਜ਼ਸ ਦੇ ਸ਼ੋਰੂਮ ਦੇ ਉੱਤੇ ਇੱਥੋਂ ਦੀਆਂ ਪਹਿਲਾਂ ਵੀ ਆਪਾਂ ਦੋ ਵੀਡੀਓ ਤੁਹਾਡੇ ਵਾਸਤੇ ਬਣਾਈਆਂ ਸੀ ਜਿਹਦੇ ਵਿੱਚ ਤੁਹਾਨੂੰ ਸਕੂਟੀਆਂ ਦਿਖਾਈਆਂ ਸੀ ਸਕੂਟੀਆਂ ਆਪਾਂ ਕਹਿ ਦਈਏ ਵੀ ਪੂਰੀ ਟੌਪ ਕਲਾਸ ਦੀਆਂ ਅਤੇ ਬੈਨਲਿੰਗ ਦੇ ਨਾਲ ਨਾਲ ਹੁਣ ਇਹਨਾਂ ਨੇ ਇੱਕ ਬ੍ਰਾਂਡ ਹੋਰ ਜਿਹੜਾ ਐਡ ਕੀਤਾ ਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਹੁਤ ਸੋਹਣੇ ਸੋਹਣੇ ਮਾਡਲ ਨੇਗੇ ਸਕੂਟੀਆਂ ਦੇ ਅਤੇ ਆ ਜੋ ਆਪਾਂ ਵੀਡੀਓ ਹੈਗੀ ਜਿਹੜੀ ਸਟਾਰਟ ਕਰਦੇ ਹਾਂ ਅਤੇ ਕਰਨ ਅੱਜ ਫਿਰ ਆਪਣੇ ਨਾਲ ਵੀਡੀਓ ਦੇ ਵਿੱਚ ਰਹੂਗਾ ਕਰਨ ਕੀ ਹਾਲ ਹੈ ਬਸ ਵਧੀਆ ਜੀ ਕਹਿਵਾਂ ਪੂਰਾ ਪੂਰੇ ਪੂਰੇ ਓਕੇ ਅਤੇ ਜਿਹੜਾ ਨਵਾਂ ਬ੍ਰਾਂਡ ਤੁਸੀਂ ਸਕੂਟੀਆਂ ਦਾ ਲਿਆਂਦਾ ਗਾ ਜੀ ਜੀ ਅਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਇਸ ਮਾਡਲ ਦੇ ਬਾਰੇ ਇਹ ਜ਼ਬਰਦਸਤ ਲੱਗਦਾ ਪੂਰਾ ਕਿਵੇਂ ਹੈ ਇਹ ਇੱਦਾਂ ਸਰ ਇਹ ਆਪਣਾ ਈਸ਼ਵਾ ਕੰਪਨੀ ਹੈ ਜੀ ਈਸ਼ਵਾ ਬਲੌਕਸ ਕਹਿੰਦੇ ਆ ਮਾਡਲ ਦਾ ਨਾਮ ਬਲੌਕਸ ਹੈ ਜੀ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਲੁੱਕ ਆ ਜਿਹੜੀ ਕਲਾਸਿਕ ਜਿਹੀ ਲੁੱਕ ਆਉਂਦੀ ਹੈ ਪੈਟਰੋਲ ਵਾਲੀ ਸਕੂਟੀ ਲੱਗਦੀ ਹੈ ਜਮਾ ਬਿਲਕੁਲ ਜੀ ਬਿਲਕੁਲ ਕਲਾਸਿਕ ਲੁੱਕ ਆ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਸੰਦ ਹੀ ਆਉਂਦੀ ਹੈ ਹਾਂ ਕਿਉਂਕਿ ਨਹੀਂ ਆਮ ਹੋਰ ਹੀ ਬੰਬੂ ਘਾਟ ਦੇ ਆਪਾਂ ਕਹਿ ਦਈਏ ਵੀ ਛੋਟੇ ਛੋਟੇ ਸਕੂਟੀਆਂ ਹੀ ਜਾਂਦੇ ਆ ਤਾਂ ਇੱਦਾਂ ਲੱਗਦੀਆਂ ਜਿਵੇਂ ਪੈਟਰੋਲ ਵਾਲੀ ਪੂਰੀ ਜ਼ਬਰਦਸਤ ਮਜ਼ਬੂਤ ਸਕੂਟੀ ਹੁੰਦੀ ਹੈ ਅਤੇ ਕੀ ਹੈ ਕਰਨ ਇਹਦੇ ਵਿੱਚ ਕੀ ਖਾਸੀਅਤ ਹੈ ਇਹਦੀ ਜੀ ਸਭ ਤੋਂ ਪਹਿਲਾਂ ਸਰ ਇਹਦੀ ਗੱਲ ਕਰੀਏ ਤਾਂ ਇਹ ਡਬਲ ਡਿਸਕ ਦੇ ਵਿੱਚ ਆਉਂਦਾ ਜੀ ਮਾਡਲ ਠੀਕ ਹੈ ਇਹ ਦੇਖ ਸਕਦੇ ਹੋ ਡਬਲ ਡਿਸਕ ਦੇ ਵਿੱਚ ਮਾਡਲ ਹੈ ਜੀ ਅਸਾਂ ਦੋਨੇ ਬ੍ਰੇਕਾਂ ਦੇ ਵਿੱਚ ਡਿਸਕ ਮਿਲਦੀ ਹੈ ਜੀ 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 ਉਸ ਤੋਂ ਇਲਾਵਾ ਅਗਰ ਗੱਲ ਕਰੀਏ ਆਪਾਂ ਨੂੰ ਮਲਟੀ ਕਲਰ ਡਿਜੀਟਲ ਮੀਟਰ ਮਿਲ ਜਾਂਦਾ ਜੀ ਠੀਕ ਹੈ ਦੇਖ ਸਕਦੇ ਹੋ ਉਸ ਤੋਂ ਇਲਾਵਾ ਆਪਾਂ ਨੂੰ ਪਾਰਕਿੰਗ ਬਟਨ ਵੀ ਮਿਲੇਗਾ ਜੀ ਇਹਦੇ ਵਿੱਚ ਓਕੇ ਠੀਕ ਹੈ ਇਹਦਾ ਕੀ ਫੰਕਸ਼ਨ ਹੈਗਾ ਮਤਲਬ ਇਹਨੂੰ ਪਾਰਕਿੰਗ ਨੂੰ ਦੱਬੋ ਫਿਰ ਇਸ ਫੜੂਗਾ ਜੀ ਅੱਛਾ ਠੀਕ ਹੈ ਜੀ ਅਗਰ ਆਪਾਂ ਜੇ ਪਾਰਕਿੰਗ ਆਪਾਂ ਮਤਲਬ ਦੱਬ ਕੇ ਖੜਾਤਾ ਵੀ ਕੋਈ ਕਿਸੇ ਬੱਚੇ ਵਗੈਰਾ ਤੋਂ ਉਹ ਤਾਂ ਸੇਫਟੀ ਹੈ ਅੱਜ ਜਿਵੇਂ ਔਨ ਕੀਤਾ ਔਨ ਵੀ ਕਰ ਲਿਆ ਰੇਸ ਦਿੱਤੀ ਨਹੀਂ ਚੱਲੇਗਾ ਜੀ ਤੁਸੀਂ ਇਹ ਚੀਜ਼ ਬੜੀ ਹੁੰਦੀ ਹੈ ਯਾਰ ਬੰਦਾ ਕਈ ਵਾਰੀ ਖੜਾ ਖੜਾ ਇਹਨੂੰ ਮਾਰ ਦਿੰਦਾ ਜੀ ਹੈਂਡਲ ਨੂੰ ਘੁਮਾ ਦਿੰਦਾ ਤੇ ਭੱਜ ਲੈਂਦੀ ਹੈ ਪਿੱਛੋਂ ਟਾਇਰ ਦੇਖ ਸਕਦੇ ਹੋ ਨਹੀਂ ਘੁੰਮੂਗਾ ਬਿਲਕੁਲ ਬਿਲਕੁਲ ਤੇ ਜੇ ਪਾਰਕਿੰਗ ਬਟਨ ਦੱਬ ਕੇ ਅਗਰ ਰੇਸ ਦੇਵਾਂਗੇ ਫਿਰ ਚੱਲੇਗਾ ਜੀ ਚੱਲੇਗਾ ਜੀ ਜੀ ਸਰ ਪਾਰਕਿੰਗ ਮੋਡ ਇਹ ਸਹੀ ਹੈ ਯਾਰ ਸੇਫਟੀ ਵਾਸਤੇ ਉਸ ਤੋਂ ਹੋਰ ਇਹਦੀ ਕੀ ਖਾਸੀਅਤ ਹੈ ਜੇ ਗੱਲ ਕਰੀਏ ਆਪਾਂ ਨੂੰ ਸ਼ਟਰ ਡਾਊਨ ਲੋਕ ਵੀ ਮਿਲ ਜਾਂਦਾ ਜੀ ਓਕੇ ਹੁਣ ਇਹ ਖੋਲ ਨਹੀਂ ਸਕਦਾ ਕੋਈ ਜੀ ਉਸ ਤੋਂ ਇਲਾਵਾ ਫਿਰ ਇਹਨੂੰ ਆਪਾਂ ਆਪਣੀ ਹੀ ਕੀਜ਼ ਨਾਲ ਖੋਲ ਸਕਦੇ ਆ ਸੈਂਟਰ ਲੋਕਿੰਗ ਵਗੈਰਾ ਸਾਰਾ ਕੁਝ ਇਹਦੇ ਵਿੱਚ ਮਿਲੇਗਾ ਜੀ ਆਪਾਂ ਠੀਕ ਹੈ ਤੁਸੀਂ ਦੇਖ ਸਕਦੇ ਮਤਲਬ ਇਹ ਜਦੋਂ ਲੋਕ ਹੋ ਗਈ ਇਹ ਕੋਈ ਵੀ ਵੀਲ ਘੁਮਾਏਗਾ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਹਲਕਾ ਸਾਇਰਨ ਵੱਜੇਗਾ ਜੀ ਇਹ ਵੀਲ ਲੋਕ ਹੋ ਗਿਆ ਸਭ ਤੋਂ ਪਹਿਲਾਂ ਹਲਕਾ ਸਾਇਰਨ ਵੱਜੇਗਾ ਜੀ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕੋਈ ਛੇ ਬੰਦਾ ਦੁਬਾਰੇ ਵੀ ਘੁਮਾ ਵੀਲ ਲੋਕ ਓਕੇ ਫਿਰ ਇਹਨੂੰ ਆਪਾਂ ਅਨਲੋਕ ਕਰ ਜਦੋਂ ਐ ਜੀ ਕਮਰ ਵਾਲਾ ਉਹਨੂੰ ਛੱਡ ਕੇ ਭੱਜੂ ਨਾ ਜੀ 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 ਹਾਂ ਵੀ ਜੇ ਚੋਰੀ ਹੋ ਗਿਆ ਨਹੀਂ ਹੋ ਸਕਦਾ ਹਨਾ ਹਾਂਜੀ ਹਾਂਜੀ ਤੇ ਜੇ ਚੋਰੀ ਕਰਕੇ ਕੋਈ ਲੈ ਕੇ ਵੀ ਜਾਊਗਾ ਤਾਂ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗੂ ਵੀ ਯਾਰ ਬੀਪ ਕਰ ਰਹੀ ਹੈ ਸਕੂਟੀ ਵੀ ਪਕੜ ਲਈ ਇਹਦੇ ਵੀਲ ਲੋਕ ਹੋ ਜਾਂਦੇ ਆ ਜੀ ਆਪਾਂ ਮੇਨ ਗੱਲ ਕਰੀਏ ਵੀਲ ਲੋਕ ਹੋ ਜਾਂਦੇ ਅਗਰ ਕਈ ਕਸਟਮਰ ਸਾਡੇ ਪਿੱਛੇ ਜੇ ਇੱਕ ਕਸਟਮਰ ਦੀ ਡਿਮੋ ਆਈ ਸੀਗੀ ਕਹਿੰਦੇ ਵੀ ਇਹਦੀ ਅਗਰ ਵਾਇਰ ਕੱਟ ਦਈਏ ਫਿਰ ਕਿਵੇਂ ਲੋਕ ਹੋ ਜੂਗੀ ਹਾਂ ਇਹਦੇ ਵਿੱਚ ਜੀ ਆਟੋ ਜਨਰੇਸ਼ਨ ਹੁੰਦੀ ਆ ਅਗਰ ਇਹਦੇ ਨੂੰ ਆਪਾਂ ਰੋੜ ਕੇ ਵੀ ਲੈ ਜਾਂਦੇ ਆ ਇਹ ਆਟੋਮੈਟਿਕ ਜਦੋਂ 10 ਦੀ ਪਲੱਸ ਤੋਂ ਸਪੀਡ ਉੱਪਰ ਹੋਊਗੀ ਆਟੋਮੈਟਿਕ ਲੋਕ ਹੋ ਜਾਂਦੇ ਆ ਜੀ ਅੱਛਾ ਆਟੋਮੈਟਿਕ ਕਰੰਟ ਆ ਜਾਂਦਾ ਇਹਦੇ ਵਿੱਚ ਰੀਜਨਰੇਸ਼ਨ ਹੁੰਦੀ ਆ ਇਹਦੇ ਵਿੱਚ ਠੀਕ ਹੈ ਜੀ ਜੀ ਉਹ ਮੋਟਰ ਜਨਰੇਟ ਕਰਦੀ ਹੈ ਹਾਂਜੀ ਹਾਂਜੀ ਉਹ ਮੋਟਰ ਡਾਇਰੈਕਟ ਕਰੰਟ ਹੈਗੀ ਹੈ ਜੀ ਮੋਟਰ ਇਸ ਕਰਕੇ ਉਹ ਕਰਦੀ ਹੈ ਤੇ ਕਰਨ ਦੇ ਵਿੱਚ ਟਾਇਰ ਵੀ ਮੈਨੂੰ ਦੂਜਿਆਂ ਨਾਲੋਂ ਵੱਡੇ ਲੱਗ ਰਹੇ ਹਨ ਜੀ ਜੀ 10 ਇੰਚੀ ਦੇ ਟਾਇਰ ਹੈ ਜੀ ਫੁੱਲ ਸਾਈਜ਼ ਦੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਤੇ ਇਹ ਸਕੂਟੀ ਹੈ ਵੀ ਕਾਫੀ ਹੈਵੀ ਹੈਗੀ ਫੜਿੰਗ ਕਰਨ ਇੱਕ ਮਿੰਟ ਜੀ ਜੀ ਸਰ ਜੀ ਜੀ ਬੈਠ ਕੇ ਦੇਖੀਏ ਤਾਂ ਕਾਫੀ ਯਾਰ ਮਤਲਬ ਪ੍ਰੀਮੀਅਮ ਫੀਲ ਦਿੰਦੀ ਹੈ ਸਕੂਟੀ ਮਤਲਬ ਹੈਵੀ ਆਉਂਦੀ ਹੈ ਜੀ ਹੈਵੀ ਲੁੱਕ ਹੈ ਹੈਵੀ ਲੁੱਕ ਹੈਗੀ ਪੂਰੀ ਉਸ ਤੋਂ ਇਲਾਵਾ ਉੱਚੀ ਵੀ ਬਹੁਤ ਹੈ ਜੀ ਉੱਚੀ ਵੀ ਬਹੁਤ ਹੈਗੀ ਜੀ ਜੀ ਸਹੀ ਹੈ ਬਾਕੀ ਸਕੂਟੀ ਵਧੀਆ ਹੈਗੀ ਅਤੇ ਇਹਦਾ ਰੇਟ ਵਗੈਰਾ ਕੀ ਆ ਕਰਨ ਹਾਂਜੀ ਹਾਂਜੀ ਰੇਟ ਦੀ ਗੱਲ ਕਰੀਏ ਤਾਂ ਇਹ ਦੋ ਤਰ੍ਹਾਂ ਦੀ ਬੈਟਰੀ ਚਾਹੁੰਦੀ ਹੈ ਸਭ ਨੂੰ ਹੀ ਪਤਾ ਜੀ ਅੱਜ ਕੱਲ੍ਹ ਤਾਂ ਹੁਣ ਸਾਰੇ ਲਿਥੀਅਮ ਤੋਂ ਵੀ ਅਵੇਅਰ ਹੋ ਗਏ ਆ ਅਤੇ ਲੈਡ ਤੋਂ ਵੀ ਹੋ ਗਿਆ ਜਿਹੜੀ ਲੈਡ ਐਸਿਡ ਦੇ ਵਿੱਚ ਹੈ ਜੀ ਉਹ 72 ਦੀ ਹੈ ਜੀ ਠੀਕ ਹੈ ਅਗਰ ਲੀਥੀਅਮ 'ਚ ਗੱਲ ਕਰੀਏ ਤਾਂ ਲੀਥੀਅਮ ਦੇ ਵਿੱਚ ਡਬਲ ਡਿਸਕ ਦੇ ਵਿੱਚ ਇਹ 84 ਦੀ ਹੈ 84 ਦੀ ਪਲੱਸ 28 ਐਂਪੀਅਰ ਦੀ ਬੈਟਰੀ ਹੋਊਗੀ ਠੀਕ ਅਗਰ ਤੁਸੀਂ 25 ਐਂਪੀਅਰ ਦੀ ਬੈਟਰੀ ਦੇ ਵਿੱਚ ਲਉਂਗੇ ਤਾਂ ਇਹ ਸਕੂਟਰ ਤੁਹਾਨੂੰ 81 ਦਾ ਮਿਲੇਗਾ ਅੱਛਾ ਗੱਲ ਕਰੀਏ ਐਂਪੀਅਰ ਦੀ 25 28 30 ਐਂਪੀਅਰ ਨਾਲ ਕੀ ਫਰਕ ਪੈਂਦਾ ਜੀ ਜਿਹੜੇ ਐਂਪੀਅਰ ਹੁੰਦੇ ਜੀ ਐਂਪੀਅਰ ਨਾਲ ਐਵਰੇਜ ਦਾ ਫਰਕ ਪੈਂਦਾ ਅੱਛਾ ਗੱਲ ਕਰੀਏ ਤਾਂ ਅਗਰ 25 ਐਂਪੀਅਰ ਦੀ ਬੈਟਰੀ ਪਵਾਵਾਂਗੇ ਤਾਂ 60 ਕਿਲੋਮੀਟਰ ਦੀ ਐਵਰੇਜ ਦੇਊਗਾ ਇੱਕ ਵਾਰੀ ਸਿੰਗਲ ਚਾਰਜ ਤੇ ਨਾ ਜੀ ਜੀ ਸਿੰਗਲ ਚਾਰਜ ਤੇ ਅਗਰ ਆਪਾਂ 28 ਦੀ ਪਵਾਉਂਦੇ ਹਾਂ ਫਿਰ ਇਹ
एवरेज 70 तो 80 किलोमीटर एक बारी चार्ज जी 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 ठीक है। अगर उस तो प्लस बैटरी रखा लेंगे अपन जिम्मे 30-31 दी एएच दी बैटरी रखा लेंगे 92-120 दे विच विच एवरेज देगा 90-120 किलोमीटर इकोनॉमी मोड इकोनॉमी मोड देते ਤੇ ਉਹ ਜਿਹੜੀ ਵੱਡੀ ਬੈਟਰੀ ਹੈਗੀ ਤਾਂ ਉਹਦਾ ਉਹਦੇ ਨਾਲ ਇਹਦਾ ਪ੍ਰਾਈਸ ਕੀ ਬਣ ਜਾਂਦਾ ਉਹਦੇ ਨਾਲ ਇਹਦਾ ਪ੍ਰਾਈਸ ਹੋ ਜਾਊਗਾ ਜੀ 87,500 87,500 ਰੁਪਏ ਤੇ ਯਾਰ ਜਾਇਜ਼ ਆ ਹਨਾ ਇੰਨਾ ਵਧੀਆ ਬੈਕਅਪ ਇਹ ਦਿਊਗੀ ਤੇ ਹੈਵੀ ਸਕੂਟੀ ਹੈਗੀ 3 ਸਾਲ ਦੀ ਵਾਰੰਟੀ ਹੋਊਗੀ ਬੈਟਰੀ ਦੀ ਉਹਦੀ ਤੇ ਮੈਂ ਕਹਿੰਦਾ ਫਿਰ ਇਹਦੇ ਟਾਇਰ ਵਗੈਰਾ ਵੱਡੇ ਹੋਣ ਕਰਕੇ ਇਹ ਪਾਣੀ ਪੂਣੀ ਦੇ ਵਿੱਚ ਵੀ ਚੱਲ ਸਕਦੀ ਹੈ ਨਾ ਜੀ ਪਾਣੀ ਵਿੱਚ ਕੋਈ ਦਿੱਕਤ ਨਹੀਂ ਜੀ ਸੀਲਡ ਮੋਟਰ ਹੁੰਦੀ ਹੈ BLDC ਡਾਇਰੈਕਟ ਕਰੰਟ ਲੈਸ ਡਾਇਰੈਕਟ ਕਰੰਟ ਮੋਟਰ ਹੈ ਜੀ ਓਕੇ ਠੀਕ ਹੈ ਜੀ ਤੇ ਦੱਸੋ ਇਹਦੇ ਵਿੱਚ ਕਲਰ ਆਪਾਂ ਨੂੰ ਸਾਰੇ ਮਿਲ ਜਾਣਗੇ ਕਲਰ ਵੀ ਹੋਰ ਮਿਲ ਜਾਂਦੀ ਹੈ ਜੀ 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 ਤੇ ਇਸ ਤੋਂ ਇਲਾਵਾ ਜਿਹੜੇ ਆਹ ਵਾਲੇ ਮਾਡਲ ਨੇਗੇ ਇਹਨਾਂ ਦੀ ਕੀ ਗੱਲਬਾਤ ਹੈ ਕੀ ਇਸ ਤੋਂ ਇਲਾਵਾ ਇਹ ਮਾਡਲ ਵੀ ਆਂਦਾ ਜੀ ਗਲਾਈਡ ਦਾ ਈਸ਼ਵਾ ਈਸ਼ਵਾ ਕੰਪਨੀ ਦਾ ਹੀ ਗਲਾਈਡ ਮਾਡਲ ਹੈ ਜੀ ਇਹ ਸਰ ਫੁੱਲ ਆਫ LED ਦੇ ਵਿੱਚ ਠੀਕ ਹੈ ਗੱਲ ਕਰੀਏ ਤੁਸੀਂ ਇਹਦੇ ਕਈ ਕਸਟਮਰਸ ਦੀ ਡਿਮਾਂਡ ਆ ਰਹੀਆਂ ਸੀ ਸਰ ਉੱਪਰ ਵੀ ਲਾਈਟ ਚਾਹੀਦੀ ਹੈ ਜੀ ਨੀਚੇ ਵੀ ਚਾਹੀਦੀ ਹੈ ਅਸਲ 'ਚ ਦੋਨੋਂ ਮਿਲ ਗਈਆਂ ਅਸਲ 'ਚ ਦੋਨੋਂ ਮਿਲ ਗਈਆਂ ਜੀ ਇਹਦੀਆਂ ਦੇਖੋ ਜੀ ਬਹੁਤ ਪਿਆਰੀ ਲੁੱਕ ਆਉਂਦੀ ਹੈ ਜੀ ਹਲੇ ਇਹਦੇ DRL ਨੇ ਆਹ LED ਓਕੇ ਈਵਨ ਕਿ ਇੰਡੀਕੇਟਰਸ ਵੀ LED ਨੇ ਸਹੀ ਹੈ ਤੇ ਲੁੱਕ ਵੀ ਸਪੋਰਟੀ ਜੀ ਹੈ ਨਾ ਸੋਹਣੀ ਲੱਗਦੀ ਹਾਂਜੀ 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 ਤੇ ਇਹਦੀ ਕੀ ਪ੍ਰਾਈਸ ਰੇਂਜ ਹੈਗੀ ਇਹਦੇ ਵਿੱਚ ਵੀ ਆ ਕੇ ਨਾ ਵੀ ਕੁੜੀਆਂ ਵਾਸਤੇ ਤੇ ਹੋਰ ਜਾਂ ਛੋਟੇ ਜਿਹਦੇ ਬੱਚਿਆਂ ਨੇ ਚਲਾਉਣੀ ਹੈਗੀ ਲੋ ਸਪੀਡ ਹੀ ਹੋਣੀ ਹੈ ਇਹ ਨਾ ਹਾਂਜੀ ਹਾਂਜੀ ਲੋ ਸਪੀਡ ਮਾਡਲ ਹੈ ਜੀ ਡਿੱਗੀ ਸਪੇਸ ਪ੍ਰੋਪਰ ਹੈ ਜੀ ਇਹਦਾ ਠੀਕ ਹੈ ਜੀ ਇਹ ਵੀ ਸਰ ਆਪਣਾ ਡਬਲ ਡਿਸਕ ਦੇ ਵਿੱਚ ਹੀ ਆਉਂਦਾ ਜੀ ਠੀਕ ਹੈ ਇਹ ਮਾਡਲ ਵੀ ਆਪਣਾ ਡਬਲ ਡਿਸਕ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਫਰੰਟ ਤੇ ਵੀ ਡਿਸਕ ਬ੍ਰੇਕ ਹੈ ਨਾ ਅਗਰ ਇਹਦੀ ਆਪਾਂ ਪ੍ਰਾਈਸਿੰਗ ਦੀ ਗੱਲ ਕਰੀਏ ਸਰ ਇਹ ਆਪਣਾ ਲੈਡ ਦੇ ਵਿੱਚ 60,000 ਦੀ ਲੀਥੀਅਮ ਦੇ ਵਿੱਚ 70,000 70,000 ਜੀ 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 ਤੇ ਇੱਕ ਆਪਣੇ ਕੋਲ ਸਕੂਟੀ ਹੈਗੀ ਜਿਹੜੀ ਆਪਾਂ ਦੇ ਰਹੇ ਹਾਂਗੇ 49,900 ਦੀ ਜੀ ਜੀ ਜਿਹੜੀ ਆਪਣੀ ਸਕੂਟਰ ਹੈ ਜੀ ਬੇਸ ਮਾਡਲ ਈ ਅਸ਼ਵਾ ਦਾ ਡੈਂਗਸ ਪ੍ਰੋ ਠੀਕ ਹੈ ਇਹ ਬੇਸ ਤੋਂ ਥੋੜਾ ਜਿਹਾ ਉੱਪਰ ਆ ਜਾਂਦਾ ਜੀ ਵੈਸੇ ਬੇਸ ਹੈਗਾ ਡੈਂਗਸ ਇਹ ਹੈਗਾ ਜੀ ਡੈਂਗਸ ਪ੍ਰੋ ਵੀ ਜਾਨੀ ਬੇਸ ਤੋਂ ਉੱਪਰ ਆ ਫਿਰ ਵੀ ਜੀ 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 ਇਹ ਪ੍ਰੋਪਰ ਹੈ ਜੀ ਇਹ ਵੀ ਕੋਈ ਇਹ ਨਹੀਂ ਜੀ ਕੀ ਹੈ ਜੇ ਸਸਤੀ ਆ ਤਾਂ ਚੀਜ਼ ਮਾੜੀ ਹੋਊਗੀ ਚੀਜ਼ ਇਹ ਵੀ ਪ੍ਰੋਪਰ ਆ ਜੀ ਠੀਕ ਹੈ ਪਾਰਕਿੰਗ ਲਾਈਟਸ LED ਬਲਬ ਪ੍ਰੋਪਰ ਆ ਫਰੰਟ ਡਿਸਕ ਆ ਜੀ ਬੈਕ ਡਰਮ ਬ੍ਰੇਕ ਟਾਇਰ ਇਹਦੇ ਵੀ ਵੱਡੇ ਆ ਨਾ ਟਾਇਰ ਇਹਦੇ ਵੀ ਵੱਡੇ ਆ ਜੀ ਫੁੱਲ ਆਫ ਸਾਈਜ਼ ਦੇ ਆ ਜੀ ਫੁੱਲ ਸਾਈਜ਼ ਦੇ ਵਿੱਚ ਆ ਜੀ 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 ਬੈਡਰੋਕ ਦੇ ਟਾਇਰ ਨੇ ਠੀਕ ਹੈ ਅਗਰ ਆਪਾਂ ਇਹਦੇ ਵਿੱਚ ਆਪਾਂ ਨੂੰ ਮੀਟਰ ਵਗੈਰਾ ਕਿੰਨਾ ਮਲਟੀਕਲਰ ਡਿਜੀਟਲ ਮੀਟਰ ਪਾਰਕਿੰਗ ਰਿਵਰਸ 1-2-3 ਮੋਡ ਈਵਨ ਕਿ ਆਪਾਂ ਨੂੰ ਇਹਦੇ ਵਿੱਚ ਬੈਟਰੀ ਦੀ ਵੋਲਟੇਜ ਵੀ ਸ਼ੋਅ ਕਰੂਗੀ ਅੱਛਾ ਜਿਵੇਂ ਜਿਵੇਂ ਆਪਾਂ ਜਿਵੇਂ 65 ਵੋਲਟੇਜ ਸ਼ੋਅ ਕਰਦੀ ਹੈ ਜੀ 65 ਵੋਲਟੇਜ ਸ਼ੋਅ ਕਰਦੀ ਹੈ ਅਗਰ ਇਹਨੂੰ ਆਪਾਂ ਚਲਾਵਾਂਗੇ ਤਾਂ ਨਾਲੋ ਨਾਲ ਵੋਲਟੇਜ ਘਟੂਗੀ ਅੱਛਾ ਅਗਰ ਆਪਾਂ ਕਾਊਂਟ ਕਰੀਏ ਇਹ ਲਾਸਟ ਵੋਲਟ ਤੁਹਾਡੀ 52 ਤੱਕ ਚੱਲੇਗੀ ਠੀਕ ਹੈ ਫਿਰ ਵੀ ਆਪਾਂ ਅਸੀਂ ਕਸਟਮਰ ਨੂੰ ਖੁਦ ਹੀ ਕਹਿ ਦਿੰਦੇ ਹਾਂ 54 ਤੱਕ ਤੁਸੀਂ ਇਹਨੂੰ ਚਲਾਓ ਅਤੇ ਫਿਰ ਇਹਨੂੰ ਘਰੇ ਲੈ ਜਾਓ ਅਤੇ ਜੇ ਆਪਾਂ ਗੱਲਬਾਤ ਕਰੀਏ ਆਪਾਂ ਕਹਿ ਦਈਏ ਵੀ ਜਿਵੇਂ ਇਲੈਕਟ੍ਰਿਕ ਸਕੂਟਰ ਵਾਲੇ ਜਿਹੜੀਆਂ ਵੀ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਸਾਰੀਆਂ ਇਹ ਫੁੱਲਫਿਲ ਕਰ ਰਹੀ ਹੈ ਫੁੱਲ ਸੈਂਟਰ ਲੋਕਿੰਗ ਵਗੈਰਾ ਸਭ ਕੁਝ ਹੈਗਾ ਜੀ ਇਹ ਇਹ ਆਪਣੀ ਲੈਡ ਐਸਿਰ ਦੇ ਵਿੱਚ 49,500 ਰੁਪਏ ਦੀ ਹੈ ਤੇ ਇੱਕ ਚੀਜ਼ ਹੋਰ ਵੀਰੋ ਮੈਂ ਤੁਹਾਨੂੰ ਆਪਣੇ ਤੌਰ ਦੇ ਉੱਤੇ ਥੋੜ੍ਹੀ ਜਾਣਕਾਰੀ ਦੇਵਾਂ ਜਿਹੜਾ ਇਹ ਬ੍ਰਾਂਡ ਆ ਈਐਸਵਾ ਤਾਂ ਇਹਨਾਂ ਦੇ ਆਪਣੇ ਇੰਡੀਆ ਦੇ ਵਿੱਚ ਲਗਭਗ 35 ਮੈਨੂਫੈਕਚਰਿੰਗ ਪਲਾਂਟ ਨੇਗੇ 35 ਦੇ ਵਿੱਚੋਂ 2 ਪਲਾਂਟ ਇਹਨਾਂ ਦੇ ਪੰਜਾਬ ਦੇ ਵਿੱਚ ਨੇ ਇੱਕ ਜ਼ੀਰਕਪੁਰਾ ਅਤੇ ਦੂਜਾ ਕਰਨ ਕਿੱਥੇ ਹੈਗਾ ਗਾਜ਼ੀਆਬਾਦ ਗਾਜ਼ੀਆਬਾਦ ਇੱਕ ਪੰਜਾਬ ਦੇ ਵਿੱਚ ਵੀ ਇੱਕ ਹੋਰ ਆ ਜਲੰਧਰ ਕਪੂਰਥਲੇ ਨੇੜੇ ਅਤੇ ਤਾਂ ਕਰਕੇ ਇਹਨਾਂ ਦੀ ਜਿਹੜੀ ਆਪਾਂ ਕਹਿ ਦਈਏ ਵੀ ਕੁਆਂਟਿਟੀ ਹੀ ਇਹ ਇੰਨੀ ਮੈਨੂਫੈਕਚਰ ਕਰਦੇ ਨੇ ਸੇਲ ਇੰਨੀ ਜ਼ਿਆਦਾ ਕਰਦੇ ਨੇ ਕਿ ਇਹਨਾਂ ਦਾ ਪ੍ਰਾਈਜ਼ ਹੈਗਾ ਜਿਹੜਾ ਬਾਕੀਆਂ ਦੇ ਨਾਲੋਂ ਘੱਟ ਹੈਗਾ ਕੰਪੀਟੀਟਰ ਇਹਨਾਂ ਨੂੰ ਕੋਈ ਵੀ ਨਹੀਂ ਬੀਟ ਕਰ ਰਿਹਾ ਇਸ ਬ੍ਰਾਂਡ ਨੂੰ ਤਾਂ ਕਰਕੇ ਇਹਦਾ ਜਿਹੜਾ ਰੇਟ ਹੈਗਾ ਉਹ ਘੱਟ ਹੈ ਕੁਆਲਿਟੀ ਦੂਜਿਆਂ ਦੇ ਤੁਹਾਨੂੰ ਬਰਾਬਰੀ ਮਿਲਦੀ ਹੈ ਇਹ ਵੱਡਾ ਕਾਰਨ ਹੈਗਾ ਇਹਦਾ ਪ੍ਰਾਈਜ਼ ਘੱਟ ਹੋਣ ਦਾ ਅਤੇ ਉਸ ਤੋਂ ਇਲਾਵਾ ਆਪਣੇ ਕੋਲ ਜਿਹੜੇ ਇਹ ਮਾਡਲ ਖੜੇ ਨੇ ਜਿਵੇਂ ਇਹਦੀ ਗੱਲ ਕਰੀਏ ਜੀ ਇਹ ਵਲੌਗਸ ਪ੍ਰੋ ਹੈ ਜੀ ਇਹ ਮਾਡਲ ਵੀ ਈਸ਼ਵਾ ਕੰਪਨੀ ਦਾ ਜੀ ਠੀਕ ਹੈ ਇਹ ਉਹਦੇ ਤੋਂ ਅਗਲਾ ਮਾਡਲ ਆ ਗਿਆ ਪ੍ਰੋ ਜੀ 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 ਉਹਦੇ ਤੋਂ ਥੋੜ੍ਹਾ ਜਿਹਾ ਛੋਟਾ ਕਹਿ ਲਓ ਹੈ ਇਹਦੇ ਵੀ 10 ਇੰਚੀ ਦੇ ਟਾਇਰ TVS ਦੇ ਟਾਇਰ ਨੇ ਜੀ ਇਹਦੇ ਵਿੱਚ ਓਕੇ ਇਹ ਆਪਾਂ ਲੈਡ ਦੇ ਵਿੱਚ 58,000 ਦਾ 58 ਦਾ ਜੀ 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 ਛੇਤੀ ਹੋ ਜਾਣੀ ਹੈ ਕਿਉਂ ਕਰਨਾ ਗੱਲ ਕਰੀਏ ਤਾਂ ਲੈਡ ਐਸਿਡ ਤਕਰੀਬਨ ਆਪਣੀ ਚਾਰਜਿੰਗ ਹੁੰਦੀ ਹੈ ਜੀ 6-7 ਘੰਟੇ ਦੇ ਵਿੱਚ ਅਗਰ ਜਿਹੜੀ ਲਿਥੀਅਮ ਆ ਉਹ ਆਪਣੀ 3-4 ਘੰਟੇ ਦੇ ਵਿੱਚ ਹੁੰਦੀ ਹੈ
ਜ਼ਿਆਦਾ ਟਰੈਵਲ ਕਰਨਾ ਤਾਂ ਉੱਥੇ ਛੇਤੀ ਕੰਮ ਨਿਬੜ ਜਾਂਦਾ ਜੀ ਸਰ ਠੀਕ ਹੈ ਅਤੇ ਸਕੂਟਰ ਯਾਰ ਆਹ ਵੀ ਬਹੁਤ ਸੋਹਣਾ ਹਾਂਜੀ 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 ਇਹਦੀ ਲੁੱਕ ਦੋਨਾਂ ਦੀ ਪਿਆਰੀ ਹੈ ਜੀ ਸੇਮ ਲੁੱਕ ਹੈ ਜੀ ਇਹਦਾ ਕੀ ਪ੍ਰਾਈਜ਼ ਆ ਸੇਮ ਸਰ ਪ੍ਰਾਈਜ਼ ਸੇਮ ਪ੍ਰਾਈਜ਼ ਆ ਜੀ ਠੀਕ ਹੈ ਅਤੇ ਸਕੂਟੀਆਂ ਇੱਕ ਆ ਦੋ ਮਾਡਲ ਖੜ੍ਹੇ ਨੇਗੇ ਇਹਨਾਂ ਦਾ ਕੀ ਰੇਟ ਹੁੰਦਾ ਇਹ ਸਰ ਆਪਣੇ 68,000 ਦਾ ਲੈਡ ਐਸਿਡ ਦੇ ਵਿੱਚ ਹੈ ਜੀ ਠੀਕ ਹੈ 72 ਵੋਲਟੇਜ ਦੇ ਵਿੱਚ ਇਹਦੀ ਪਾਵਰ ਆ ਬਾਕੀਆਂ ਦੀ 60-60 ਵੋਲਟ ਵੀ ਹੈ ਅਤੇ ਮੈਨੂੰ ਇੰਚ ਕਾਫੀ ਮਜ਼ਬੂਤ ਲੱਗਦੇ ਆ ਇਹ ਸਰ ਹੈਵੀ ਡਿਊਟੀ ਹੈ ਜੀ ਜੋ ਮਰਜ਼ੀ ਕਰ ਲਓ ਜੀ ਇਹ ਨਹੀਂ ਜਾਂਦੇ ਕਿਤੇ ਇਹ ਜਾਂਦਾ ਨਹੀਂ ਨਾ ਕਿਤੇ ਹਾਂਜੀ ਹਾਂਜੀ 12 ਇੰਚੀ ਦੇ ਟਾਇਰ ਹੈ ਸਰ ਇਹਦੇ 72 ਵੋਲਟ ਦੀ ਪਾਵਰ ਆ ਅੱਛਾ ਇਹਦੇ ਟਾਇਰ ਉਦੋਂ ਹੀ ਜੀ ਜੀ ਵੱਡੇ ਨੇ ਨਾ ਉਹ ਤੋਂ ਵੀ ਵੱਡੇ ਨੇ ਜੀ ਟਾਇਰ ਅਤੇ ਮੈਂ ਕਿਹਾ ਪਾਣੀ ਪੂਣੀ ਦੇ ਵਿੱਚ ਇਹ ਜ਼ਿਆਦਾ ਉਦੋਂ ਵੀ ਵੱਧ ਕਾਮਯਾਬ ਰਹੂ ਉੱਚੇ ਟਾਇਰ ਹੋਣ ਕਰਕੇ ਇਹਦੇ ਪਾਣੀ ਚੋਂ ਲੰਘ ਇਹਦੇ ਤਕਰੀਬਨ ਅਗਰ ਫੁੱਲ ਪਾਣੀ ਵੀ ਖੜਾ ਹੁੰਦਾ ਪੂਰਾ ਟਾਇਰ ਡੁੱਬਿਆ ਹੀ ਨਹੀਂ ਜੀ ਅੱਜ ਤੱਕ ਠੀਕ ਹੈ ਹਾਂਜੀ ਹਾਂਜੀ ਅਸੀਂ ਕੋਈ ਟੈਸਟ ਕਰੀਏ ਆਇਡੈਂਟੀ ਕਰਨ ਲੱਗੇ ਠੀਕ ਹੈ ਉਸ ਤੋਂ ਇਲਾਵਾ ਗੱਲ ਕਰੀਏ ਤਾਂ ਇਹ ਮਾਡਲ ਦੇ ਜਿਹੜੀ ਮੋਟਰ ਹੋਊਗੀ ਮੋਟਰ ਆਪਾਂ ਨੂੰ 1200 ਵਾਟ ਦੀ ਮਿਲੂਗੀ ਅੱਛਾ ਆਮ ਦੇ ਵਿੱਚ ਕਿੰਨੀ ਮਿਲਦੀ ਆਮ ਦੇ ਵਿੱਚ ਆਪਾਂ ਨੂੰ 1000 ਵਾਟ ਮਿਲਦੀ ਹੈ ਫਿਰ ਇਹਦੀ ਪਿਕਅਪ ਬਹੁਤ ਵਧੀਆ ਹੋਣੀ ਪਿਕਅਪ ਪਾਵਰ ਬਹੁਤ ਹੀ ਹੈ ਜੀ 60 ਦੀ ਸਪੀਡ ਹੈ ਜੀ ਜੀ ਅਤੇ ਇੱਕ ਮੈਨੂੰ ਕਰਨ ਇਹਦੇ ਬਾਰੇ ਦੱਸ ਜਿਹੜਾ ਆਹ ਖੜਾ ਹੈਗਾ ਜੀ 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 ਇਹ ਬੱਚਿਆਂ ਵਾਲੀ ਮੋਟਰਸਾਈਕਲ ਆ ਇਹ ਇਸੇ ਤਾਂ ਇੱਦਾਂ ਜੀ ਕਈ ਬੱਚੇ ਬਹੁਤ ਲਾਈਕ ਕਰਦੇ ਨੇ ਵੀ ਸਰ ਮੈਂ ਵੀ ਸਪੋਰਟਸ ਲੁੱਕ ਲੈਣੀ ਆ ਜਾਂ ਇਹ ਪੈਟਰੋਲ 'ਤੇ ਹੈ ਜੀ ਅੱਛਾ ਆਪਣਾ 60 CC ਦੇ ਇਹਦੇ ਵਿੱਚ ਸੀ ਇੰਜਨ ਜੀ ਈਵਨ ਕਿ ਇਹ ਵੀ ਡਬਲ ਡਿਸਕ ਦੇ ਵਿੱਚ ਆ ਜੀ ਅੱਛਾ ਇਹਦੇ ਵੀ ਦੋਨੋਂ ਡਿਸਕ ਜੀ ਸਰ ਜੀ ਡਬਲ ਡਿਸਕ ਆ ਜੀ ਪਲੱਸ ਸੈਲਫ ਸਟਾਰਟ ਹੈਗਾ ਜੀ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਇੱਕ ਪਲੱਗ ਮਿਲ ਜਾਂਦਾ ਅੱਛਾ ਪਲੱਗ ਦਾ ਆਪਾਂ ਨੂੰ ਇਹ ਫਾਇਦਾ ਜੀ ਜਿਵੇਂ ਕੋਈ ਇਹਨੂੰ ਉਤਾਰ ਦਿੰਦਾ ਜਾਂ ਬੱਚਿਆਂ ਨੂੰ ਨਹੀਂ ਦੇਣੀ ਉਦੋਂ ਉਤਾਰਤੀ ਬੱਚਿਆਂ ਨੂੰ ਨਹੀਂ ਪਤਾ ਜੀ ਇਸ ਚੀਜ਼ ਬਾਰੇ ਠੀਕ ਹੈ ਅਤੇ ਇਹ ਵਿੱਚ ਸਟਾਰਟ ਨਹੀਂ ਹੋਊਗੀ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਜੇ ਘਰੇ ਮੌਕੇ 'ਤੇ ਨਹੀਂ ਹੈਗੇ ਬੱਚਾ ਆਪਾਂ ਤੋਂ ਚੋਰੀਓਂ ਲੈ ਕੇ ਚਲਾਊਗਾ ਹੈ ਨਾ ਸੁਪਰਵੀਜ਼ਨ ਦੇ ਵਿੱਚ ਹੀ ਚਲਾ ਪਲੱਗ ਇਨ ਕਰਾਂਗੇ ਇਹ ਫੇਰ ਹੀ ਚੱਲੇਗਾ ਜੀ ਠੀਕ ਹੈ ਇੱਥੋਂ ਦੀ ਇਹਦੀ ਚਾਬੀ ਹੈ ਜੀ ਆਹ ਸਟਾਰਟ ਹੋ ਜਾਂਦਾ ਠੀਕ ਹੈ ਜੀ ਇੱਥੋਂ ਆਹ ਤੇਲ ਵਾਲਾ ਜੀ ਅੱਛਾ ਇਹ ਹਰ ਵਾਰੀ ਔਨ ਕਰਨਾ ਪੈਂਦਾ ਇਹ ਆਫ ਕਰਕੇ ਖੜਾਇਆ ਹੋਇਆ ਜੀ ਫਿਲਹਾਲ ਠੀਕ ਹੈ ਮੜਾ ਇਹ ਮੰਨ ਲਓ ਜੀ ਆ ਗਿਆ ਦੇਖ ਸਕਦੇ ਜੀ ਇਹਦੇ ਵਿੱਚ ਸਰ ਦੇਖਣ ਨੂੰ ਛੋਟਾ ਜੀ ਇਹ ਨਹੀਂ ਹੈਗਾ ਕਿ ਇਹਨੂੰ ਆਪਾਂ ਕੋਈ ਵੱਡਾ ਨਹੀਂ ਚਲਾ ਸਕਦਾ ਜਾਂ ਕੁਛ ਹੋਰ ਇਹ ਤਕਰੀਬਨ ਆਪਣੇ 80-85 ਕੇਜੀ ਵਾਲੇ ਪਰਸਨ ਵੀ ਚੱਕ ਲੈਂਦਾ ਲੈ ਹਾਂਜੀ ਹਾਂਜੀ ਠੀਕ ਆ ਜਾ ਹਾਂਜੀ ਹਾਂਜੀ ਤੇ ਇਹਦਾ ਰੇਟ ਰੂਟ ਕੀ ਹੈ ਇਹਦੇ ਅਗਰ ਆਪਾਂ ਪ੍ਰਾਈਸਿੰਗ ਦੀ ਗੱਲ ਕਰੀਏ ਤਾਂ 35,000 ਰੁਪਏ ਦਾ ਜੀ ਠੀਕ 35,000 ਰੁਪਏ 1 ਲੀਟਰ ਤੇਲ ਦੇ ਵਿੱਚ ਇਹ 20-25 ਕਿਲੋਮੀਟਰ ਚੱਲੂਗਾ ਜੀ ਸਹੀ ਹੈ ਅਤੇ ਬਹੁਤ ਕਸਟਮਰ ਨੇ ਇੱਦਾਂ ਦੇ ਜਿਹੜੇ ਸ਼ੌਂਕ ਤੌਰ 'ਤੇ ਕਹਿੰਦੇ ਨੇ ਅਸੀਂ ਲੈ ਕੇ ਰੱਖਣਾ ਜੀ ਬਿਲਕੁਲ ਹੁੰਦਾ ਅਤੇ ਇਦੋਂ ਬਾਅਦ ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਜੇ ਕੋਈ ਲੋਨ ਵਗੈਰਾ ਲੈਣਾ ਚਾਹੁੰਦਾ ਹੈਗਾ ਤਾਂ ਉਹਦੇ ਬਾਰੇ ਅਤੇ ਆਪਾਂ ਆ ਜਾਓ ਅੰਦਰ ਚੱਲਦੇ ਹਾਂ ਬਾਈ ਹਰਪ੍ਰੀਤ ਜੀ ਕੋਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲੋਨ ਦੇ ਬਾਰੇ ਅਤੇ ਆ ਜਾਓ ਗੱਲਬਾਤ ਕਰ ਦਿਆਂਗੇ ਵੀ ਜੇ ਕੋਈ ਲੋਨ ਵਗੈਰਾ 'ਤੇ ਲੈਣੀ ਚਾਹੁੰਦਾ ਕੀ ਹਾਲ ਆ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਵਧੀਆ ਵਧੀਆ ਹੋ ਠੀਕ ਹੈ ਸਿਹਤ ਤਾਂ ਸਭ ਵਧੀਆ ਸਭ ਅਤੇ ਕਿੱਦਾਂ ਜੀ ਕੰਮ ਕਾਰ ਤੁਹਾਡਾ ਕੰਮ ਕਿਰਪਾ ਜੀ ਮਾਲਕ ਵਧੀਆ ਚੱਲੀ ਜਾਂਦਾ ਬਹੁਤ ਵਧੀਆ ਮੈਨੂੰ ਇਹ ਦੱਸੋ ਵੀ ਕਰਨ ਨੇ ਸਕੂਟੀਆਂ ਦਿੱਤੀਆਂ ਸਾਰੀਆਂ ਦਿਖਾ ਜੀ ਅਤੇ ਜੇ ਕੋਈ ਲੋਨ ਵਗੈਰਾ 'ਤੇ ਲੈਣੀ ਚਾਹੁੰਦਾ ਹੈਗਾ ਸਕੂਟੀ ਤਾਂ ਉਹ ਹੋ ਜਾਂਦਾ ਆਪਣੇ ਕੋਲ ਬਿਲਕੁਲ ਹੁੰਦਾ ਜੀ ਤੁਸੀਂ ਲੋਨ 'ਤੇ ਸਿਰਫ ਇੰਨਾ ਜੀ ਰਿਹਾਇਸ਼ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਠੀਕ ਹੈ ਅਤੇ ਤੁਹਾਨੂੰ ਲੋਨ ਦੇ ਉੱਤੇ ਸਕੂਟਰ ਮਿਲ ਜਾਏਗਾ ਜੀ ਓਕੇ ਹਾਂਜੀ ਤੇ ਮਤਲਬ ਪੰਜਾਬ ਦੇ ਵਿੱਚੋਂ ਕਿਤੋਂ ਵੀ ਕੋਈ ਆ ਕੇ ਲੈਣਾ ਚਾਹੁੰਦਾ ਕਿਤੋਂ ਵੀ ਕੋਈ ਚੱਕਰ ਕਿਤੋਂ ਵੀ ਹੋਵੇ ਜੀ ਹਾਂ ਇਦਾਂ ਆ ਕਿ ਇੱਕ ਬਜਾਜ ਦਾ ਕਾਰਡ ਹਰ ਇੱਕ ਬੰਦੇ ਨੂੰ ਆਪਣੇ ਨੂੰ ਪਤਾ ਜੀ ਹਾਂ ਬਜਾਜ ਦੇ ਕਾਰਡ ਹਾਂਜੀ ਸਾਰਿਆਂ ਦੇ ਤਕਰੀਬਨ ਸਭ ਦੇ ਘਰੇ ਟੀਵੀ ਫਰਿੱਜਾਂ ਸਭ ਨੇ ਲਏ ਹੋਏ ਆ ਜਿਹਨੇ ਲੋਨ ਬਾਰੇ ਸੋਚਣਾ ਜੀ ਉਹਨਾਂ ਨੇ ਸਭ ਨੇ ਲਏ ਵੀ ਹੋਏ ਹੋਣ ਬਿਲਕੁਲ ਤੇ ਉਹਨਾਂ ਦਾ ਕਾਰਡ ਬਸ ਐਕਟਿਵ ਹੋਣਾ ਚਾਹੀਦਾ ਜੀ ਉਹ ਤੋਂ ਜਿੱਥੇ ਮਰਜ਼ੀ ਬੈਠੇ ਆ ਠੀਕ ਹੈ ਤੇ ਆਲ ਓਵਰ ਪੰਜਾਬ ਉਹਨਾਂ ਦਾ ਕੇਸ ਉੱਥੋਂ ਅਸੀਂ ਅਪਲੋਡ ਕਰਕੇ ਤੇ ਜੇ ਉਹਨਾਂ ਨੇ ਕਈ ਵਾਰੀ ਕੋਈ ਆਲਰੇਡੀ ਕੋਈ ਨਾ ਕੋਈ ਚੀਜ਼ ਉਹਦੇ ਤੇ ਲਈ ਹੋਈ ਹੈਗੀ ਜੀ ਫਿਰ ਵੀ ਅਵੇਲੇਬਲ ਹੋ ਜਾਂਦਾ ਸਮ ਟਾਈਮ ਦੇਖਣਾ ਪੈਣਾ ਜੀ ਲਿਮਿਟ ਕਿੰਨੀ ਹੈ ਉਹਨਾਂ ਦੀ ਠੀਕ ਹੈ ਇੱਕ ਬਜਾਜ ਦੇ ਵਿੱਚ ਆਪਣੀ ਲਿਮਿਟ ਦੇ ਦਿੰਦੇ ਆ ਬਜਾਜ ਓਕੇ ਵੀ ਇੰਨਾ ਉਹਦੇ ਵਿੱਚ ਤੁਹਾਡਾ ਕੇਸ ਹੈ ਜਿਵੇਂ ਕਿਸੇ ਦੀ ਕੋਈ 50,000 ਕਿਸੇ ਦੀ 1.5 ਲੱਖ ਲਿਮਿਟ ਆ ਲਿਮਿਟ ਦੇ ਦਿੰਦੇ ਆ
किसी ने यूज़ की आ तो वह जिनी यूज़ की लैस करके बाकी की बच जाती है जी। ठीक है, पर यह है कि थोड़ा रीसेंटली दो महीनों के कोई चीज़ ना ली हो। ठीक है, मतलब जे तुसी 2 महीने जे किसी कोले बजाज दा कार्ड नहीं आ तां तुसी बनवा भी दिंदे हो? नहीं, नवां साडे कोड ते नहीं बनता जी, इलैक्ट्रिक स्कूटर दे कोड दे उत्ते साडा नवां कार्ड नहीं बनता। ओके, हाँ जी। ते फिर जे किसी कोले ओ कार्ड नहीं हैगा तां किसी तरह के नाल होर भी लोन हो जांदा जी? फिर साडे कोले होर भी फाइनेंस वाले कंपनियां हैगियां ने जी, उहनां तों फाइनेंस हो जांदा जी। हो जांदा, यानी कोई चिंता वाली गल नहीं। वैसे कई लोगों को मोस्टली अजकल क्रैडिट कार्ड हर एक बंद को है जी, जिन्हें करना अपना अगला क्रैडिट कार्ड लिया उत्ते इंस्टॉलमेंट बना दें जी, तो अगला बाय कर लेंदा वा। तो एक चीज़ होर भी, जेडे वीर इतों मतलब 100 किलोमीटर दूर बैठे ने, 150 किलोमीटर 200 बैठे ने, हाँ जी, भी वो थोड़े तो स्कूटी लेके जाता है जी, तो कल उन्होंने कोई सर्विस वगैरह की दिक्कत तो नहीं आती दूर वाले? देखो जी, असी जो दूर जानी होंगी स्कूटर, असी मोस्ट प्रॉब्ली साड़ी कोशिश होंगी कि उन्होंने लिथियम बैटरी ही देिए। अच्छा, लिथियम बैटरी नू मेजरली सर्विस की लोड नहीं पैंदी। ठीक है, जिवें कह लो कि लैड बैटरी नू आपां नू बैटरियां रोटेट करनियां पैंदियां हर 1000-1500 किलोमीटर तो बाद, लिथियम नू एड्डी मेजर सर्विस की लोड नहीं पैंदी। वो असीं इत्थों वीडियो कॉल करके ही कस्टमर नू दस दिंदे आ वी तुसीं इदां कर लो, जां तुसीं अपने किसी मकैनिक कोल लै जाओ ते उत्थे जो भी प्रोसीजर हुंदा असीं मकैनिक नू समझा दिंदे आ, ओह कर दिंदे। ठीक है जी, कोई स्पेयर पार्ट अगर ठीक आ, आपां मन गए वी इत्थों असीं बहुत दूर तों असीं फाजिलका तक वी स्कूटर दित्ते हुए। ठीक है, तो उन्होंने कोई स्पेयर पार्ट टुट गया, कोई जवाक ने शरारत करके तोड़ता या किसी ने विच मारता कुछ हो गया, तो उन्होंने स्पेयर पार्ट असं इतों बाय कोरीयर भेज दें जी। जिहड़ा एरिया बाय कोरीयर नहीं जाने वाला होंगे तो बाय बस लगा दी जी। ठीक है, मतलब उन्होंने खाना पूर्ति कर दी है भी किसी बंद का कोई साढ़े एंड तो कोई चीज़ रह ना जाए जी, बंदा कोई भी आ सू व्हाट्सअप कर देंगे या फोटो पा देंगे कुछ भी कर देंगे। ठीक है, स्पेयर पार्ट साढ़े को हर तरह का अवेलेबल है साढ़े को, ईवन के जेडे कस्टमर होर भी कंपनियां दे जिन्हां ने बाय किए जी वो भी साढ़े को स्पेयर पार्ट बहुत करा के लैके जाते हैं, सर्विस सारे बहुत कराते हैं। मैं चार्जर बहुत ज़्यादा चार्जर मैं इदा ही बहुत दे चुके हैं जी। ठीक है, जिहड़े कस्टमर साढ़े को भी जिन्होंने स्कूटर नहीं बाय किए क्योंकि साढ़े को चलो मोस्टली सारे गरंटियां वरंटी वाली है जी, तो जिहड़े मतलब जिन्हों की गरंटियां वरंटी जिहड़े कस्टमर दी लंघियां हुई जी, चार्जर खराब ने होर कंपनियां दे खरीदे हुए ने, उन्होंने भी असं चार्जर सारा जो चार्जर थ्रोटल वगैरह कुछ भी कोई भी सेंसर मतलब इलैक्ट्रिक चीज़ के नाल जुड़िया हुआ कोई भी स्पेयर पार्ट किसी को कोई पार्ट चाहिए तो थोड़े को मिल जाता हर तरह का जी, हर तरह का। कुछ हुण जिहड़े बहुत सारा 10 साल पुराने स्कूटर होणगे उन्हां दा असीं कह नहीं सकदे, जिहड़े रीसेंटली 2-3-4 सालां दे विच स्कूटर आए हुए ने। ते जे कोई बंदा घरे जगाड़ ला रिहा गा वी मैं स्कूटी बनाउणी आ जी, असीं इहदे लई खुद बहुत इच्छुक हुंदे आ इदां दे बंदे साडे कोल आउण। ठीक है, आउंदे वी आ बहुत आउंदे, साडे तां नेड़े GNE आ जी, GNE कॉलेज तों मुंडिआं दे प्रोजेक्ट ने सारे। ठीक है, उह तां साडे कोल बहुत आउंदे आ जी, मतलब उहनां ने किसे ने मोटरसाइकल ते ला लिया, किसे ने एक्टिवा ते ला लिया, किसे ने कोई स्कूटर ते ला लिया, किसे ने साइकिल दे नाल अपना जगाड़ करके ला लिया, इदां दे बहुत आउंदे, उहनां नूं समान असीं दे दिंदे आ, दे दिंदे कंट्रोलर वगैरह होर सारा कुछ। बिल्कुल बिल्कुल, साइकिल वाला नहीं हुंदा साडे कोल, मोटरसाइकिल स्कूटर ते लाउण वाला सारा सिस्टम हुंदा साडे कोल जी। ਤੇ ਇੱਕ ਇਹ ਤਾਂ ਹੋ ਗਈ ਆਪਣੀ ਮਤਲਬ ਗੱਲਬਾਤ ਵੀ ਜੇ ਕਿਸੇ ਨੂੰ ਸਮਾਨ ਚਾਹੀਦਾ, ਤੇ ਉਸ ਤੋਂ ਇਲਾਵਾ ਜੇ ਕੋਈ ਬੰਦਾ ਡੀਲਰਸ਼ਿਪ ਲੈਣੀ ਚਾਹੁੰਦਾ ਹੈਗਾ ਜੀ, ਤਾਂ ਉਹਦੇ ਵਾਸਤੇ ਵੀ ਕੋਈ ਹੈ ਜੀ? ਉਹਦੇ ਲਈ ਵੀ ਸਾਡੇ ਕੋਲ ਹੈਗਾ ਜੀ ਆਪਸ਼ਨ, ਈਸ਼ਵਾ ਦੇ ਵਿੱਚ ਹੈਗਾ ਜੀ। ਠੀਕ ਹੈ, ਕਿ ਤੁਸੀਂ ਆਪਣਾ ਡੀਲਰਸ਼ਿਪ ਕੋਈ ਵੀ ਕਿਤੇ ਵੀ ਪੰਜਾਬ 'ਚ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਜੀ। ਠੀਕ ਹੈ, ਤੁਹਾਨੂੰ ਜਿਹੜੇ ਤੁਹਾਡੀ ਇੱਕ ਇਹਦੀ 'ਚ ਬਹੁਤ ਸੋਹਣੀ ਚੀਜ਼ ਹੈ ਜੀ ਈਸ਼ਵਾ ਦੇ ਵਿੱਚ, ਤੁਸੀਂ ਅਗਰ ਆਪਣੀ ਡੀਲਰਸ਼ਿਪ ਸਟਾਰਟ ਕਰਨੀ ਚਾਹੁੰਦੇ ਹੋ ਤਾਂ ਸਿਰਫ ਸਟਾਰਟਿੰਗ ਪੈਕੇਜ ਤੁਹਾਡਾ 6 ਲੱਖ ਰੁਪਏ ਦਾ ਜੀ। ਓਕੇ, 6 ਲੱਖ ਰੁਪਏ 'ਚ ਆਪਣਾ ਤੁਸੀਂ ਕੰਮ ਸਟਾਰਟ ਕਰ ਸਕਦੇ ਹੋ। ਓਕੇ, ਸਿਰਫ ਮੈਂ 6 ਵੀ ਤੁਹਾਨੂੰ ਇਸ ਤਰ੍ਹਾਂ ਕਹਿ ਤਾ ਵੀ ਲੀਥੀਅਮ ਬੈਟਰੀ ਵਿੱਚ ਸਕੂਟਰ ਵੀ ਆਉਣਗੇ ਜੀ, ਲੈਡ ਵੀ ਆਉਣਗੇ ਸਾਰੇ ਤਰ੍ਹਾਂ ਦੇ, ਅਗਰ ਤੁਹਾਡੇ ਉੱਧਰ ਵਿਕਦੀ ਲੈਡ ਬੈਟਰੀ ਆ ਉਹ ਤੁਹਾਡਾ ਪੈਕੇਜ ਹੋਰ ਛੋਟਾ ਹੋ ਜਾਣਾ ਜੀ। ਓਕੇ, 6 ਲੱਖ ਰੁਪਏ ਦੇ ਵਿੱਚ ਤੁਸੀਂ ਆਪਣਾ ਕੰਮ ਸਟਾਰਟ ਕਰੋ ਜੀ, ਅਤੇ ਜਿੱਦਾਂ ਵੀ ਆ ਮੁੜ ਕੇ ਅੱਗੇ ਫਰਦਰ ਵੱਧਦਾ ਜਾਂਦਾ ਵਾ ਤਾਂ ਉਸ ਹਿਸਾਬ ਨਾਲ ਸਟਾਕ ਵਧਾ ਲਓ। ਬਿਲਕੁਲ, ਤੁਹਾਡੀ ਜਿੱਦਾਂ ਦੀ ਰਿਕੁਆਇਰਮੈਂਟ ਆ, ਤੁਹਾਨੂੰ 2 ਪੀਸ ਤੁਸੀਂ ਆਪਣਾ ਇੱਕ 10 ਪੀਸ ਦਾ ਮੇਨਟੇਨ ਕਰਕੇ ਚੱਲੋ ਵੀ ਸਟਾਕ, ਉਸ ਤੋਂ ਬਾਅਦ ਜੋ ਤੁਹਾਨੂੰ 2 ਚਾਹੀਦੇ 4 ਚਾਹੀਦੇ ਆ ਅਤੇ ਉੱਧਰਲੇ ਹਰ ਬੈਲਟ ਦੇ ਉੱਤੇ ਸਾਡੇ ਡੀਲਰ ਹੈਗੇ ਆ ਜੀ, ਤਾਂ ਉਹਨਾਂ ਦਾ ਗੱਡੀ ਜਾਏਗੀ, ਉਹ ਸਕੂਟਰ ਉਹਨਾਂ ਕੋਲ ਡਰੋਪ ਕਰਕੇ ਜਾਏਗੀ ਜਿਹੜੇ ਜਿਹੜੇ ਉਹਨਾਂ ਦੇ ਆਰਡਰ ਹੋਣਗੇ ਜੀ। ਹਾਂਜੀ, ਅਤੇ ਇੱਕ ਆਪਾਂ ਗੱਲਬਾਤ ਕਰੀਏ ਵੀ ਬੈਟਰੀ ਦੇ ਵਿੱਚ ਤੁਸੀਂ ਦੱਸ ਰਹੇ ਸੀ ਨਵੀਂ ਟੈਕਨੋਲੋਜੀ ਹੈਗੀ ਜਿਹੜੀ ਬਲੂਟੁੱਥ ਦੇ ਨਾਲ ਕਨੈਕਟੀਵਿਟੀ ਵਾਲੀ ਹੈਗੀ। ਹਾਂਜੀ ਹਾਂਜੀ, ਸੱਚ ਆਪਾਂ ਉਹ ਵੀ ਚੀਜ਼ ਦਿਖਾਉਣੀ ਸੀਗੀ ਨਾ ਤੁਹਾਨੂੰ, ਦਿਖਾਉਣੀ ਸੀਗੀ ਆਪਾਂ ਇੱਕ ਬੈਟਰੀ, ਤੁਸੀਂ ਬੈਟਰੀ ਕਰੋ ਪਿੱਕ ਇੱਥੋਂ ਜਿਹੜੀ, ਹਾਂ ਇੱਥੇ ਉੱਪਰ ਰੱਖ ਲਓ, ਦੇਖੋ ਜੀ। ਓਕੇ, ਇਹ ਬੈਟਰੀ ਹੈ, ਇਹ ਹੈਗੀ ਹੈ ਜੀ ਲੀਥੀਅਮ ਫੋਸਫੇਟ ਦੀ ਬੈਟਰੀ। ਓਕੇ, ਇਹਦਾ ਸਾਈਜ਼ ਵੀ ਥੋੜ੍ਹਾ ਵੱਡਾ ਜੀ, ਇਹਦੇ 'ਚ ਸੈੱਲ ਹੁੰਦੇ ਆ, ਇਹਦੇ 'ਚ ਬਲੂਟੁੱਥ ਕਨੈਕਟੀਵਿਟੀ ਨਾਲ ਆਉਂਦੀ ਹੈ ਜੀ ਇਸ ਬੈਟਰੀ ਦੇ ਵਿੱਚ। ਉਹਦੇ ਨਾਲ ਕੀ ਆ, ਤੁਹਾਨੂੰ ਤੁਹਾਡੀ ਬੈਟਰੀ ਦੀ ਲਾਈਫ, ਤੁਹਾਡਾ ਜਿਹੜਾ ਸੈੱਲ ਕੁਛ ਘੱਟ ਹੈ ਵੱਧ ਹੈ ਕੋਈ ਵੀ ਚੀਜ਼ ਹੈਗੀ ਆ, ਕੋਈ ਜਿਹੜਾ ਵੱਧ ਚਾਰਜ ਵੱਧ ਘੱਟ ਚਾਰਜ ਹੈ
ਵੀ ਤੁਹਾਡੀ ਕਿੰਨੀ ਬੈਟਰੀ ਪਰਸੈਂਟੇਜ ਹੈਗੀ ਆ, ਤੁਹਾਨੂੰ ਮੀਟਰ ਚਾਬੀ ਲਾ ਕੇ ਦੇਖਣ ਦੀ ਲੋੜ ਨਹੀਂ ਹੈਗੀ, ਐਗਜੈਕਟ ਪੋਜੀਸ਼ਨ ਇਹਨੇ ਦੱਸ ਦੇਣੀ ਹੈ ਜੀ ਤੁਹਾਨੂੰ, ਕਿੰਨੀ ਦੇਰ 'ਚ ਤੁਹਾਡਾ ਸਕੂਟਰ ਚਾਰਜ ਹੋਜੂਗਾ ਇਹਨੇ ਉਹ ਵੀ ਦੱਸ ਦੇਣਾ ਜੀ। ਅੱਛਾ ਹਾਂਜੀ, ਵੀ ਤੁਹਾਡੀ ਉਹਦੇ ਨਾਲ ਕੀ ਆ, ਆਪਾਂ ਬੈਟਰੀ ਦੀ ਕਪੈਸਿਟੀ ਵੀ ਸੈੱਟ ਕਰ ਸਕਦੇ ਹਾਂ ਜੀ, ਵੀ ਸਾਡੀ ਬੈਟਰੀ 62 ਵਾਟ ਤੱਕ ਚਾਰਜ ਹੋਵੇ ਜਾਂ 60 ਤੱਕ ਚਾਰਜ ਹੋਵੇ, ਵੀ ਜਿਵੇਂ ਕਿਸੇ ਦੀ ਚਲਾਈ ਹੈਗੀ 25 ਕਿਲੋਮੀਟਰ, ਉਹ ਆਪਣੀ ਸੈਟਿੰਗ ਕਰਕੇ ਵੀ ਮੇਰੇ ਸੈੱਲਾਂ ਦੀ ਲਾਈਫ ਜ਼ਿਆਦਾ ਹੋਰ ਵੱਧ ਜਾਵੇ, ਠੀਕ ਹੈ, ਵੀ ਉਹ 5 ਸਾਲ 7 ਸਾਲ ਤੋਂ ਜਾ ਕੇ 9 ਸਾਲ ਵੀ ਚੱਲਣ, ਤਾਂ ਉਹਨੂੰ ਜਿੰਨਾ ਅਸੀਂ ਜ਼ੋਰ ਪਾਵਾਂਗੇ ਉਨਾ ਘੱਟ ਚੱਲੇਗਾ ਨਾ, ਮਤਲਬ ਜ਼ਿਆਦਾ ਲੋੜ ਦੇ ਮੁਤਾਬਕ ਆਪਾਂ ਇਹ ਤੋਂ ਕੰਮ ਲੈ ਸਕਦੇ, ਲੋੜ ਦੇ ਮੁਤਾਬਕ ਆਪਾਂ ਕੰਮ ਲੈ ਸਕਦੇ, ਬਿਲਕੁਲ ਸਹੀ ਗੱਲ ਹੈ ਜੀ। ਅੱਛਾ ਇਹ ਆ ਗਈ ਐਪ, ਆਹ ਦੇਖੋ ਜੀ ਹੁਣ ਐਪ ਆ, ਹੁਣ ਇਹ ਐਪ ਦੇ ਵਿੱਚ ਆਪਾਂ ਨੂੰ ਸਾਰਾ ਕੁਝ ਮਿਲ ਜੂਗਾ ਜੀ, ਠੀਕ ਹੈ, ਜਿਵੇਂ ਕਿੰਨੀ ਵੋਲਟੇਜ ਹੈ ਟੋਟਲ ਫਿਲਹਾਲ ਇਸਦੀ, ਅਤੇ ਕਿੰਨੀ ਵੋਲਟੇਜ ਆਪਣੀ, ਕਿੰਨੀ ਬੈਟਰੀ ਦਾ ਟੈਂਪਰੇਚਰ, ਠੀਕ ਹੈ, ਠੀਕ ਹੈ ਸਰ। ਉਸ ਤੋਂ ਇਲਾਵਾ ਸਾਰੇ ਸੈਲਸ ਵਗੈਰਾ ਦਿਖ ਜਾਣਗੇ, ਕਿੰਨੇ ਚਾਰਜ ਨੇ ਸਰ ਕਿੰਨੇ ਨਹੀਂ। ਐਪ ਦੇ ਵਿੱਚ ਗੱਲ ਕਰੀਏ ਤਾਂ ਆਪਣਾ 54 ਵੋਲਟੇਜ ਤੱਕ ਆਪਣੀ ਬੈਟਰੀ ਚੱਲਦੀ ਹੈ 64 ਦੀ, ਠੀਕ ਹੈ, ਠੀਕ ਹੈ ਜੀ, ਫੁੱਲ ਚਾਰਜ ਹੁੰਦੀ ਹੈ 67 'ਚ। ਇਸ ਤੋਂ ਇਲਾਵਾ ਅਗਰ ਆਪਾਂ ਇਹਨੂੰ ਚਾਰਜ ਲਾਉਂਦੇ ਹਾਂ ਤੇ ਇਹਦੇ ਵਿੱਚ ਆਪਾਂ ਨੂੰ ਜਿਵੇਂ ਟਾਈਮ ਲੈਫਟ ਆ ਰਿਹਾ, ਇਹਦੇ ਵਿੱਚ ਚਾਰਜਿੰਗ ਟਾਈਮ ਵੀ ਦੱਸੇਗਾ ਆਪਾਂ ਨੂੰ, ਪਤਾ ਲੱਗਦਾ ਰਹੂ ਕਿ ਕਿੰਨਾ ਟਾਈਮ ਲੱਗੂਗਾ, ਇੰਨੀ ਫੈਸਿਲਿਟੀ ਆਪਣੀ ਬੈਟਰੀਜ਼ ਦੇ ਵਿੱਚ ਆ ਗਈ ਹੋਈ ਹੈ। ਸਹੀ ਹੈ, ਤੇ ਇਹ ਆਪਾਂ ਬੈਟਰੀ ਕਿਸੇ ਵੀ ਸਕੂਟਰ ਦੇ ਵਿੱਚ ਰੱਖ ਸਕਦੇ ਹਾਂ ਜੀ, ਜੀ ਜਿਨ੍ਹਾਂ ਕੋਲ ਆਲਰੇਡੀ ਸਕੂਟੀਆਂ ਚੱਲ ਰਹੀਆਂ ਉਹਦੇ ਵਿੱਚ ਰੱਖ ਸਕਦੇ ਹਾਂ ਜੀ, ਜੀ ਰੱਖ ਸਕਦੇ ਹਾਂ, ਮਤਲਬ ਸਾਰੀਆਂ 'ਚ ਅਪਰੋਕਸੀਮੇਟਲੀ ਫਿੱਟ ਆ ਜਾਣੀ ਹੈ। ਆਪਣੇ ਕੋਲ ਕੋਈ ਵੀ ਕਸਟਮਰ ਜਿਨ੍ਹਾਂ ਨੇ ਪਹਿਲਾਂ ਲੈਡ ਬੈਟਰੀਆਂ ਰੱਖੀਆਂ ਜੋ ਲੀਥੀਅਮ 'ਚ ਲੀਥੀਅਮ ਰਖਾਉਣ ਦੇ ਇੱਛੁਕ ਹੈਗੇ ਨੇ, ਠੀਕ ਹੈ, ਅਤੇ ਉਹ ਵੀ ਆ ਸਕਦੇ ਆ, ਅਸੀਂ ਲੀਥੀਅਮ ਬੈਟਰੀ ਪ੍ਰੋਵਾਈਡ ਕਰ ਦਾਂਗੇ ਉਹਨਾਂ ਨੂੰ, ਠੀਕ ਹੈ। ਅਗਰ ਕੋਈ ਲੈਡ ਦੇ ਇੱਛੁਕ ਹੈਗੇ ਦੁਬਾਰਾ ਤੋਂ ਸੇਮ ਬੈਟਰੀ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਲੈਡ, ਜੇ ਕੋਈ ਲੈਡ ਵਾਲਾ ਲੀਥੀਅਮ ਆਇਨ ਬੈਟਰੀ ਰਖਾਉਣਾ ਚਾਹੁੰਦਾ ਗਾ ਜੀ, ਤਾਂ ਪੁਰਾਣੀ ਸਕੂਟੀ ਦੇ ਉੱਤੇ ਕਿੰਨਾ ਖਰਚਾ ਆ ਜਾਂਦਾ? ਅਪਰੋਕਸੀ ਮੰਨ ਕੇ ਚੱਲੋ ਜੀ, ਬੈਟਰੀ ਦੀ ਕੀਮਤ ਜਿਹੜੀ ਹੈਗੀ ਆ 22-23 ਹਜ਼ਾਰ ਤੋਂ ਸਟਾਰਟ ਹੋ ਜਾਂਦੀ ਹੈ ਜੀ, ਠੀਕ ਹੈ ਹਾਂਜੀ। ਤੇ ਉਹਦੇ ਵਿੱਚ ਕੋਈ ਹੋਰ ਵੀ ਚੀਜ਼ ਚੇਂਜ ਕਰਨੀ ਪੈਂਦੀ ਹੈ? ਕੱਲਾ ਚਾਰਜਰ, ਹੋਰ ਕੁਝ ਨਹੀਂ ਜੀ, ਕੱਲਾ ਚਾਰਜਰ, ਚਾਰਜਰ ਚੇਂਜ ਕਰਨਾ ਪੈਂਦਾ ਜੀ ਤੇ ਬੈਟਰੀ, ਹੋਰ ਕੁਝ ਨਹੀਂ ਚੇਂਜ ਕਰਨਾ। ਚਾਰਜਰ ਦੀ ਕੀ, ਚਾਰਜਰ ਵੀ ਮੈਂ ਤੁਹਾਨੂੰ ਦੱਸ ਦਿੰਦਾ, ਚਾਰਜਰ ਤੁਹਾਡਾ ਉਹ ਵੀ ਚੱਲ ਸਕਦਾ। ਅੱਛਾ, ਲੇਕਿਨ ਫਰਕ ਕੀ ਹੈ ਜੀ, ਬੀਟਰੀ ਜਿਹੜੀ ਲੀਥੀਅਮ ਬੈਟਰੀ ਹੈ ਜੀ, ਇਹ ਸਪੋਰਟ ਕਰਦੀ ਹੈ ਫਾਸਟ ਚਾਰਜਿੰਗ ਨੂੰ। ਲੀਥੀਅਮ ਬੈਟਰੀ ਦੇ ਚਾਰਜਰ ਹੁੰਦੇ ਆ ਜੀ ਫਾਸਟ ਚਾਰਜਰ, ਠੀਕ ਹੈ, ਇਹ ਜਲਦੀ ਚਾਰਜ ਹੋ ਜਾਂਦੀਆਂ ਨੇ, ਤਾਂ ਕਰਕੇ ਲਿਥੀਅਮ ਬੈਟਰੀ ਹੈ ਜੀ, ਇਹਦਾ ਬੈਨੀਫਿਟ ਇਹ ਜ਼ਿਆਦਾ, ਇੱਕ ਤਾਂ ਲਾਈਫ ਜ਼ਿਆਦਾ ਵਾ, ਇੱਕ ਚਾਰਜ ਜਲਦੀ ਹੋ ਜਾਂਦਾ ਹੈ। ਜੇ ਤੁਹਾਡੇ ਕੋਲ ਲੈਡ ਵੀ ਹੈਗਾ ਤੁਸੀਂ ਉਹਦੇ ਨਾਲ ਵੀ ਚਾਰਜ ਕਰ ਸਕਦੇ ਹੋ, ਫਰਕ ਇਹ ਰਹੂਗਾ ਜਿਵੇਂ ਤੁਹਾਡੀ ਲੈਡ ਬੈਟਰੀ 6-7 ਘੰਟੇ ਚਾਰਜ ਹੁੰਦੀ ਹੈ, ਇਹ ਵੀ 6-7 ਘੰਟੇ ਚਾਰਜ ਹੁੰਦੀ, ਪਰ ਇਹਦਾ ਬੈਨੀਫਿਟ ਵੀ ਹੁੰਦਾ ਅਗਰ ਆਪਾਂ ਜਿੰਨੀ ਲੋਕੀ ਆ ਕੇ ਸਾਡੇ ਤੋਂ ਮੰਗਦੇ ਆ ਵੀ ਸਾਨੂੰ ਫਾਸਟ ਚਾਰਜਰ ਦਿਓ ਜੀ। ਦੇਖੋ ਉਹਦੇ 'ਚ ਸਾਡਾ ਨੁਕਸਾਨ ਹੀ ਹੈ, ਜਿੰਨਾ ਤੇਜ਼ ਕਰਾਂਗੇ ਉਹਨਾਂ, ਅੱਜ ਜਿਵੇਂ ਮੋਬਾਈਲਾਂ ਦੇ ਵਿੱਚ ਵੀ ਨਵੀਂ ਟੈਕਨੀਕ ਆ ਗਈ ਜੀ, ਲੇਕਿਨ ਹਜੇ ਫਿਰ ਵੀ ਉਨੀ ਜ਼ਿਆਦਾ ਅਗਰੈਸਿਵਲੀ ਕਾਮਯਾਬ ਨਹੀਂ ਹੋ ਪਾ ਰਹੀ। ਫਾਸਟ ਚਾਰਜਰ ਬੈਟਰੀ ਨੂੰ ਜਲਦੀ ਖਰਾਬ ਕਰੇਗਾ ਹੀ, ਕਰੇਗਾ ਹੀ ਕਰੇਗਾ, ਬਿਲਕੁਲ ਹਾਂਜੀ। ਤੇ ਉਹਦੇ ਇਸੇ ਕਰਕੇ ਅਸੀਂ ਕੀ ਕਰਦੇ ਹਾਂ ਵੀ ਉਹਨੂੰ ਜੋ ਇੱਕ ਨੋਰਮਲ ਚਾਰਜਰ ਲਿਥੀਅਮ ਚਾਰਜਰ 3.5-4 ਘੰਟੇ ਵਾਲਾ ਚਾਰਜਰ ਹੁੰਦਾ, ਅਸੀਂ ਉਹ ਕਸਟਮਰ ਨੂੰ ਪ੍ਰੋਵਾਈਡ ਕਰਦੇ ਹਾਂ ਜੀ। ਮੀਨਸ 3.5 ਤੋਂ ਫਾਸਟ ਵਾਲਾ ਵੀ ਕੋਈ ਆਉਂਦਾ? ਹਾਂਜੀ ਆਉਂਦੇ ਆ ਜੀ, ਉਹਨੂੰ ਪੇਅਰ ਜਿੰਨੇ ਵੱਧ ਪੇਅਰ ਲੈ ਲਾਂਗੇ ਆਪਾਂ ਉਨਾ ਫਾਸਟ ਚਾਰਜ ਕਰੂੰਗਾ ਜੀ, ਠੀਕ ਹੈ। ਲੇਕਿਨ ਇੱਕ ਇਸ ਲਾਈਨ ਦੇ ਵਿੱਚ ਇਹਦੇ 'ਚ ਇਹ ਹੈ ਜੀ, ਜਿੰਨਾ ਫਾਸਟ ਚਾਰਜ ਹੋਊਗਾ ਜੀ ਉਨੀ ਜਲਦੀ ਡਰੋਪ ਹੋਏਗੀ, ਖਰਾਬ ਹੋਊਗੀ, ਉਨੀ ਜਲਦੀ ਖਰਾਬ ਵੀ ਹੋਏਗੀ, ਉਹਦੀ ਬੈਟਰੀ ਵੀ ਉਨੀ ਜਲਦੀ ਡਰੋਪ ਹੋਏਗੀ। ਓਕੇ, ਜਿੰਨਾ ਤੁਸੀਂ ਅਸੀਂ ਲੈਡ ਬੈਟਰੀ ਲੈਡ ਚਾਰਜਰ 'ਤੇ ਬੈਟਰੀ ਚਾਰਜ ਕਰਕੇ ਦੇਖੀ ਜੀ, ਉਹਦੇ ਨਾਲ ਕੀ ਫਰਕ ਪੈਂਦਾ, 4-5 ਕਿਲੋਮੀਟਰ ਹੋਰ ਫਾਲਤੂ ਹੀ ਚੱਲਦੀ। ਅੱਛਾ, ਜ਼ਿਆਦਾ ਬੈਕਅਪ ਦੇ, ਜ਼ਿਆਦਾ ਬੈਕਅਪ ਦੇ ਜਾਂਦੀ ਹੈ ਜੀ। ਬਸ ਇੰਨਾ ਹੁੰਦਾ ਕਿ ਲੀਥੀਅਮ ਜਿਹੜੇ ਚਾਰਜਰ ਹੁੰਦੇ ਆ ਜੀ, ਉਹ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ, ਹੈਵੀ ਬਣੇ ਹੁੰਦੇ, ਜਲਦੀ ਖਰਾਬ ਨਹੀਂ ਹੁੰਦੇ। ਲੈਡ ਚਾਰਜਰ ਥੋੜ੍ਹੇ ਪਲਾਸਟਿਕ ਬੋਡੀ 'ਚ ਆਉਂਦੇ ਨੇ, ਉਹ ਜਲਦੀ ਚਾਂਸਿਸ ਹੁੰਦੇ ਆ ਵੀ 2-3 ਸਾਲ ਦੇ ਵਿੱਚ ਉਹ ਜਲਦੀ ਖਰਾਬ ਹੋ ਜਾਂਦੇ ਜੀ। ਸੋ ਵੀਰੋ, ਕਿੱਦਾਂ ਲੱਗੀ ਤੁਹਾਨੂੰ ਵੀਡੀਓ? ਵੀਡੀਓ ਦੇ ਵਿੱਚ ਜਿਹੜੀ ਤੁਸੀਂ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਉਹ ਕਿੱਦਾਂ ਲੱਗੀ? ਅਤੇ ਜੇ ਕੋਈ ਤੁਹਾਡੀ ਇੰਕੁਆਇਰੀ ਹੋਈ ਕਿਸੇ ਵੀ ਗੱਲ ਨੂੰ ਰਿਲੇਟਡ, ਤਾਂ ਤੁਸੀਂ ਇਹਨਾਂ ਨੂੰ ਕਾਲ ਆ ਗਈ ਜਿਹੜੀ ਕਰ ਸਕਦੇ ਹੋ, ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਟਾਈਟਲ ਦੇ ਵਿੱਚ ਅਵੇਲੇਬਲ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ।